ਆਪਣੇ ਘਰ ਜਾ ਕੇ ਲੰਮੇ ਪਏ ਜਮਦੂਤ ਵਾਕੀ ਦੇ ਆ ਗਿਆ ਮੈਂ ਥੱਲੇ ਪਈ ਵੇਖ ਲਿਆ ਤੈਨੂੰ ਕਿਤੇ ਵੇਖ ਤੂੰ ਥੱਲੇ ਮੇਰੇ ਘਰ ਕਲਹਿਣੇ ਕੋ ਪਈ ਆ ਉਹਨੇ ਮੈਨੂੰ ਕੁੱਟਣਾ ਵਾ ਤੇਰਾ ਆਖੀ ਜਾਣਾ ਆਪਣੇ ਨੂੰ ਕਲਹਿਣੇ ਆਖੀ ਨਾ ਵਾ ਇੱਕ ਪਾਸੋਂ ਕਹਿੰਦੀਆਂ ਬੜਾ ਪਿਆਰ ਦੇ ਇੱਕ ਪਾਸੋਂ ਕਲਹਿਣੇ ਆਖਣ ਦੀ ਆ ਪਰ ਕਲਹਿਣਾ ਮੈਂ ਤੇਰੇ ਘਰ ਜਾ ਕੇ ਕਿਦਾਂ ਇਦਾਂ ਪਈ ਨਹੀਂ ਤੇਰੇ ਘਰ ਲੰਮੇ ਤੇ ਫਿਰ ਕੀ ਆ ਜੀ ਪੈ ਜੀ ਤੂੰ ਵੀ ਆਣ ਕੇ ਥੱਕੀ ਨਹੀਂ ਕੋਈ ਪੈ ਸਹੀ ਤੂੰ ਵੀ ਪੈ ਜਾ ਬੈਠ ਕੰਮ ਮੈਂ ਜਾਣੀ ਇਹਦੇ ਲਾਗੇ ਪਰ ਇਹਨੇ ਕੰਮ ਕਿਦਾਂ ਦਾ ਕੀਤਾ ਵਾ ਇਹ ਕੋਈ ਚੰਗਾ ਕੰਮ ਹੈ ਆਣ ਕੇ ਕਿਸੇ ਘਰ ਇਦਾਂ ਲੰਮੇ ਨਹੀਂ ਪੈਂਦਾ ਇੱਥੇ ਵਿਆਹ ਕਿਉਂ ਮੈਂ ਤੁਹਾਨੂੰ ਗਾਲੀ ਤਾਂ ਸੁਣਾਈ ਹੋ ਕਿ ਇਹਨੇ ਪੈ ਹੀ ਗਈਆਂ ਕਿਵੇਂ ਚੜੀਆਂ ਹਾਂ ਜਾਂ ਦੱਸ ਕਿਹੜੀ ਗੱਲ ਸੁਣਾਈ ਹੈ ਮੈਂ ਸੁਣਾਈ ਚਾਹ ਚਾਹ ਕੇ ਦੋ ਚਾਰ ਫੇਰ ਗੱਲ ਦੱਸੋ ਨਾ ਮੇਰੇ ਪਾਸ ਹੈ ਨਾ ਪਾ ਹਾਂ ਇੱਕਦਮ ਆਣ ਕੇ ਲੰਮੇ ਤੇ ਉੱਥੇ ਬੈਠੀ ਉਹਦਾ ਫਲੋ ਇੱਡਾ ਉਤਰਾ ਹੋਇਆ ਕਿ ਉਹਨੇ ਆਣ ਕੇ ਦੇਖ ਲਈ ਤਾਂ ਮੇਰੇ ਨੇ ਗੁੱਟ ਪੁੱਟ ਲਈ ਅਗਲੇ ਦਾ ਤੇ ਵੇਖ ਹੀ ਦੇ ਪੰਮ ਤੇ ਕੋਈ ਥੱਕਿਆ ਹਾਰਾ ਵੀ ਤੋ ਚੱਲ ਕੇ ਗੱਲ ਦੱਸਣ ਆਇਆ ਹੋਊਗਾ ਗੱਲਾਂ ਚੱਲ ਕੋਈ ਗੱਲ ਨਹੀਂ ਵਾਦਾ ਘਾਟਾ ਤਾਂ ਹੋ ਹੀ ਜਾਂਦਾ ਵਾ ਤੂੰ ਗੱਲ ਦੱਸ ਗੱਲ ਕੀ ਦੱਸ ਤੂੰ ਦੱਸ ਜੇ ਤਿੰਨ ਘਰ ਫੇਰ ਆਈ ਆ ਕਦੀ ਕਿਸੇ ਦੇ ਘਰ ਜਾਂਦੀ ਕੋਈ ਸੂਹ ਮਿਲ ਜੇ ਕਿਸੇ ਦੇ ਘਰ ਜਾਂਦੀ ਕੋਈ ਸੂਹ ਮਿਲ ਜੇ ਸੂਹ ਮੰਤਰੀ ਕੋਈ ਨਹੀਂ ਮਿਲੀ ਪਰਾਹੁਣੇ ਕਿਤੇ ਕੋਈ ਬੱਤਾ ਬੂਤਾ ਕੁਛ ਹੋਣਾ ਲਿਆਊਗੀ ਸ਼ਰਨ ਚੱਲ ਸਾਡੀ ਆਪਸ ਦੀ ਗੱਲ ਵਾ ਪਤਾ ਲੱਗਣਾ ਗੱਡੀ ਲੱਗੀ ਮੈਨੂੰ ਸਿਖਾ ਦੇ ਗੱਡੀ ਮੇਰਾ ਤੇ 5 ਮਿੰਟ ਦਾ ਕੰਮ ਆ ਸਿੱਖੀ ਆ ਮੈਂ ਪਰ ਇਹਨੂੰ ਤਸੱਲੀ ਨੀ ਜਿੱਦਾਂ ਲੈ ਉਹ ਤੇਰੀ ਕੁੜੀ ਨੂੰ ਤੁਰੀ ਆਉਣ ਡਈ ਉਹ ਕੱਲੀ ਮੰਮਾ ਆਹੋ ਪੁੱਤ ਮੈਂ ਵੀ ਆਈ ਆ ਕੀ ਕਹਿ ਰਿਹਾ
ਚੱਲ ਵੇਖ ਲੋ ਜਾਣ ਤੇ ਫਿਰ ਜਾਓ ਆਪਣਾ ਕੰਮ ਕਰੋ ਤੁਹਾਡੀ ਮਰਜ਼ੀ ਆ ਨਾਲੇ ਸਾਜਨਾ ਕੇ ਮੇਰੇ ਘਰ ਬਹਿੰਦੀਆਂ ਨਾਲੇ ਮੈਨੂੰ ਗੱਲਾਂ ਕਰਨ ਡਈਆਂ ਵਾ ਕਿੱਡੀਆਂ ਇਹ ਗਿੱਝੀਆਂ ਵਾ ਮੇਰੇ ਕੋਲ ਖਾਂਦੀਆਂ ਨਾਲੇ ਗੱਲਾਂ ਕਰਦੀਆਂ ਬੜੀ ਵੱਧ ਆ ਇਹ ਵੇਖਣ ਚ ਚੰਗੀ ਲੱਗਦੀ ਆ ਤੂੰ ਉਹਦੇ ਉੱਤੇ ਚੜ੍ਹਦੀ ਜਾ ਜਾ ਕੇ ਮੈਂ ਨੀ ਚੜ੍ਹਦੀ ਮੈਂ ਬਸ ਤੇਰੀਆਂ ਗੱਲਾਂ ਹੀ ਸੁਣ ਪੈਂਦੀ ਆ ਤੇਰੇ ਬਾਰੇ ਕੀ ਸੋਚਦੇ ਆ ਕੀ ਨਹੀਂ ਤੇਰੇ ਬਾਰੇ ਸੋਚਦੀ ਆ ਨਾ ਕੋਈ ਹਿਸਾਬ ਨੀ ਆ ਪਿਆਰ ਤੇ ਮੈਂ ਤੈਨੂੰ ਹੀ ਕਰਨੀ ਆ ਦਿਲੋਂ ਪਤਾ ਜਿੰਨਾ ਕੁ ਪਿਆਰ ਕਰਦੀ ਆ ਕਰਦੀ ਆ ਤਾਂ ਹੀ ਤੇਰੇ ਕਰਕੇ ਸੜਕ ਤੇ ਬੈਠੀ ਆ ਪਿਆਰ ਤੂੰ ਉਹਦੇ ਨਾਲ ਕਰਦੀ ਆ ਤਾਂ ਹੀ ਤੇ ਕੁੜੀ ਕੋ ਬੇਇੱਜ਼ਤੀ ਕਰਵਾਈ ਅੱਜ 5 ਰੁਪਈਆਂ ਦੇ ਫੁੱਲ ਡੰਡੇ ਤੇਰੀ ਕੁੜੀ ਨੇ ਕੀ ਦਿੱਤੇ ਉਹਨੇ ਵੇਖ ਲਾ ਲਵਾ ਕੇ ਮੈਂ ਆਪਣੀ ਕੁੜੀ ਨੂੰ ਦਾਂ ਦੇ ਲੈ ਕੇ ਦੇਵਾਂਗੀ ਮੈਂ 5 ਦੇ ਥੋੜਾ ਛੱਡਿਆ ਵਾ ਕੋਈ ਗੱਲ ਨੀ ਇਹਦੀ ਕੁੜੀ ਵੀ ਹੈਗੀ ਆ ਆਉਂਦੀ ਸਾਡੇ ਘਰ ਮੈਂ ਵੀ ਇੱਦਾਂ ਹੀ ਕਰਾਂਗੀ ਹੋਰ ਜਲਦੀ ਚੱਲ ਗੋਲੀ ਮਾਰ ਇਹਨੂੰ ਸਾਰਿਆਂ ਨੂੰ ਚੱਲ ਹੋਰ ਸੁਣਾ ਫਿਰ ਕੋਈ ਓਦਾਂ ਵੇਲਾ ਹਵਾ ਕੀ ਨਹੀਂ ਹਨਾ ਠੰਡੀ ਹਵਾ ਚੱਲਣ ਡਈ ਆਈ ਮੈਂ ਤਾਂ ਤਾਂ ਮੰਜੀ ਡੱਗੀ ਹੋਈ ਜੇ ਮੈਨੂੰ ਪਤਾ ਹੁੰਦਾ ਨਾ ਨੀਨੀ ਮੇਰੀ ਬੇਇੱਜ਼ਤੀ ਕਰਨੀ ਮੈਂ ਇਹਦੇ ਘਰ ਕਦੀ ਵੀ ਨਾ ਜਾਂਦੀ ਇੱਥੇ ਮੰਜੀ ਡਾਗ ਲੈ ਇੱਥੇ ਸੁੱਤਾ ਹੋਇਆ ਬੰਦਾ ਹਾਂ ਕਿੰਨੀ ਸੋਹਣੀ ਹਵਾ ਚੱਲਣ ਡਈ ਮਾਰ ਨਜ਼ਾਰੇ ਲੱਗੇ ਕਿਤੇ ਹੈ ਵੀ ਅੰਪੇ ਲਵਾ ਲੈਂਦੇ ਘਰੇ ਜਿਹੜੇ ਉਹ ਕੀ ਅੰਦਰਾਂ ਚ ਹੁੰਦੇ ਆ ਬੰਦਾਣਾ ਫਿੱਟ ਕੀਤੇ ਹੁੰਦੇ ਆ ਨਾ ਉਹਨਾਂ ਨੂੰ ਤਾਂ ਪਤਾ ਨਹੀਂ ਲੱਗਦਾ ਕੁਛ ਨਿਰੰਤਰ ਬਿੱਲ ਪੈਸੇ ਦੇਣੀ ਮੇਰੇ ਹਿਸਾਬ ਨਾਲ ਨਹੀਂ ਆਹ ਕਿ ਨਾ ਹਵਾ ਲੱਭਣ ਡਈ ਇੱਦਾਂ ਦਾ ਬੰਦਾ ਨਾ ਜਿਹੜਾ ਉਹਨੇ ਵੀ ਇਹ ਚੀਜ਼ਾਂ ਸਾਰੀਆਂ ਘਰ ਲੈ ਕੇ ਰੱਖੀਆਂ ਨੇ ਮੈਂ ਤਾਂ ਕਹਿੰਦੀ ਐਵੇਂ ਫਜ਼ੂਲ ਖਰਚਾ ਹੀ ਕਰੀ ਜਾਂਦਾ ਨਜ਼ਾਰੇ ਲੱਭਦੇ ਕਿਤੇ ਮਾਂ ਰੌਣਕਾਂ ਲੱਗੀਆਂ ਕਿਤੇ ਹਵਾ ਵਾਲੀਆਂ ਨੇ ਪੈਸਾ ਤੇ ਬੜਾ ਮਰਦੀ ਆ ਤੂੰ ਗੱਲ ਕਰ ਲਈ ਨਾ 5 ਰੁਪਏ ਦੀ ਮੈਂ ਤਾਂ ਆਪਣੀ ਧੀ ਤੋਂ 100 ਰੁਪਇਆ ਮਾਰਦਾ ਉਹ ਠੀਕ ਠਾਕ ਆ ਨਾ ਤੂੰ ਤੇ ਕਿੱਦਾਂ ਦੇ ਕੰਨ ਹੋਏ ਚਾਹੀਨੇ ਫੁੱਲੇ ਲੈਣੇ ਹੀ ਚਾਹੀਨੇ ਖਾਣੇ ਹੀ ਹੈਗਾ ਚੱਲ ਹੁਣ ਕੀ ਕਰਨਾ ਜਦੋਂ ਫੁੱਲੇ ਮਿਲੇ ਹੀ ਨਹੀਂ ਹੈਗੇ ਤੇ ਕੋਈ ਨਹੀਂ ਲੈ ਦਾਂਗੇ ਭਾਈ ਆਂਦਾ ਫੁੱਲੇ ਲੈ ਦਾਂਗੇ ਬਾਵਾ ਹੋ ਗਿਆ ਦਿਲ ਟਿਕਾਣੇ ਰੱਖ ਉੱਥੇ ਬੀਪੀ ਚੈੱਕ ਕਰਾ ਦਿੰਨੇ ਆ ਇੱਥੇ ਹੈਗਾ ਵਾ ਦਿੱਤਾ ਇਕਦਮ ਮਾਰ ਕੇ ਮੈਂ ਨਾ ਉਹਦਾ ਅੰਤਰੇ ਦਾ ਗੁੱਸਾ ਵੀ ਤੁਹਾਡੇ ਤੇ ਕੱਢਤਾ ਕੀ ਤੁਹਾਨੂੰ ਮੈਂ ਦੱਸਾਂ ਕਿਤੇ ਹਨਾ ਤੇ ਹੁਣ ਮੈਂ ਘਰ ਬੈਠੇ ਘਰ ਕਿਤੇ ਮੈਨੂੰ ਨਾ ਤੁਸੀਂ ਮੰਨਣਾ ਖਾਣ ਪੈਣ ਡਿਆ ਸੀ ਕਿਤੇ ਮੈਨੂੰ ਘਰ ਫਫਰੇ ਕੁੱਟਣੀ ਨਹੀਂ ਪੈਣਾ ਮੈਨੂੰ ਜਿੱਧਰ ਤੁਸੀਂ ਦਿਖਣ ਡਿਆ ਦੋਵੇਂ ਜਣੀਆਂ ਤੁਹਾਨੂੰ ਪਤਾ ਮੇਰਾ ਪਿਆਰ ਬੜਾ ਵਾ ਫਫੜੇ ਨਹੀਂ ਫਫੇ ਨਹੀਂ ਕੁੱਟਦੀ ਨੀ ਵੱਡੇ ਬਾਬੇ ਦੀ ਸਹੁੰ ਲੱਗੀ ਤੈਨੂੰ ਪਤਾ ਮੈਂ ਵੱਡੇ
ਬਾਬੇ ਨੂੰ ਕਿੰਨਾ ਮੰਨਦੀ ਆ। ਨੀ ਮੇਰਾ ਤੁਹਾਡੇ ਨਾਲ ਬੜਾ ਪਿਆਰ ਵਾ ਭੈਣਾ, ਪਤਾ ਸਾਨੂੰ ਸਾਰਾ ਮੰਨਦੇ, ਅਸੀਂ ਵੀ ਮੰਨਦੇ ਵੱਡੇ ਬਾਬੇ ਨੇ, ਅਸੀਂ ਕਿਹੜਾ ਨਹੀਂ ਮੰਨਦੇ। ਦੱਸ ਨੀ ਭੈਣਾ, ਨਹੀਂ ਮੈਂ ਬੜਾ ਮੰਨਦੀ ਆ, ਮੈਂ ਤੇ ਹੁਣ ਨਾ ਘਰ ਬੈਠੀ ਨਾ ਤੇ ਮੇਰਾ ਕਿਤੇ ਮਾਸਾ ਜੀ ਨੀ ਲੱਗਦਾ ਚਿਰ ਤੇ ਮੇਰਾ ਕਹੂ ਮਾਉ ਸ਼ਰਨ ਕਿਤੇ ਖਾਣ ਡਿਆ। ਉਹ ਤੇ ਕਰਨਾ ਹੀ ਕਰਨਾ ਸੀ, ਨੀ ਚੱਲ ਕੋਈ ਗੱਲ ਨੀ, ਤੁਸੀਂ ਮੈਨੂੰ ਏਦਾਂ ਨਾ ਮੈਨੂੰ ਚਲੇ ਸਾਰੀਆਂ ਗੱਲਾਂ ਛੱਡ, ਤੁਹਾਨੂੰ ਸਬਜ਼ੀ ਕਾਹਦੀ ਬਣਾਉਣੀ। ਨੀ ਸਬਜ਼ੀ ਕਾਹਦੀ ਬਣਾਵਾਂ, ਕੱਦੂ ਹੀ ਆ ਨਾ ਜੇ ਕਿਤੇ ਬਣਾ ਲੂੰਗੀ ਤੇ। ਚੱਲ ਏਦਾਂ ਕਰੀ ਫਿਰ, ਦੋ ਕੋਲੀਆਂ ਸਾਡੀ ਸਬਜ਼ੀ ਬਣਾ ਲਈ ਫਿਰ, ਇੰਨਾ ਕਰੇ ਹੁਣ ਮੇਰੇ ਲਈ, ਕਿਉਂਕਿ ਮੇਰੇ ਕੋਲ ਰਾਤ ਨੂੰ ਬਣਨੀ ਨੀ ਭਾਈ ਤੇ ਕੋਈ ਆਉਂਦਾ ਨੀ। ਮੇਰਾ ਨਾ ਸਰੀਰ ਨੀ ਠੀਕ, ਮੇਰੇ ਤੇ ਨਾ ਵੱਖੀ ਚੀਨੀ ਪੀੜ ਹੋਣ ਡਈ ਹੈ ਨਾ ਮੈਂ ਸਗੋਂ ਉਧਰ ਮੈਨੂੰ ਕੁਝ ਦਿਖਣ ਨਹੀਂ ਡਿਆ ਤੇ ਮੈਂ ਕੱਲੀ ਆ, ਜੇ ਮੈਨੂੰ ਇੱਥੇ ਕੁਛ ਹੋ ਜਾਏ ਤੇ ਕੌਣ ਮੈਨੂੰ ਵੇਖੇ। ਕੋਲੀਆਂ ਕਿਹਾ ਸੀ ਨਾ ਮੈਂ, ਕਿਉਂ ਤੀਂ ਇਦਾਂ ਕਰੀ ਤੂੰ ਬਣਾ ਲਈ, ਮੈਂ ਬਣਾ ਲੂੰਗੀ। ਹਾਂ ਜੋ ਤੀ ਇਦਾਂ ਕਰੀ ਤੂੰ ਬਣਾਏਗੀ ਨਾ ਸਬਜ਼ੀ ਦਾ ਤੇ ਕੌਲੀ ਇੱਕ ਸਾਨੂੰ ਵੀ ਦੇ ਦੇ। ਤੈਨੂੰ ਕਿਉਂ ਦੇ ਦੀ? ਚੱਲ ਕੋਈ ਨੀ ਭਾਈ, ਤੇਰੇ ਨੇ ਸਬਜ਼ੀ ਖਾਣੀ ਆ, ਭਾਈ ਤੇਰੇ ਨੇ ਨਾ ਸਬਜ਼ੀ ਖਾਣੀ ਆ, ਨਾਲੇ ਉਹ ਉਦਾਂ ਵੀ ਆਂਦਾ ਹੁੰਦਾ ਜੋਤੀ ਦਾ ਤੇ ਸਬਜ਼ੀ ਬੜੀ ਸਵਾਦ ਹੁੰਦੀ ਆ। ਸਵਾਦ ਦੀ ਗੱਲ ਛੱਡ, ਤੂੰ ਮੇਰੇ ਘਰ ਗਏ ਤੇ ਇੰਨੀ ਬੇਇੱਜ਼ਤੀ ਕੀਤੀ, ਚੱਲ ਤੈਨੂੰ ਮੈਂ ਕੱਲੀ ਸਬਜ਼ੀ ਦੇ ਦਵਾਂ। ਚੱਲ ਆ ਭੈਣਾ ਗੱਲ ਮਿਲ ਲਈ, ਨਹੀਂ ਚੱਲ ਆ ਭੈਣਾ ਗੱਲ ਮਿਲ ਲਈ, ਫਸਲੇ ਕੁੱਟਣ ਲੱਗੀ ਮੇਰੇ ਨਾਲ। ਚਲੋ ਹੁਣ ਗੱਲ ਛੱਡੋ, ਦੱਸਾਂ ਕੀ ਕਰਾਂਗੇ ਅੱਜ? ਬਣਾਵਾਂਗੇ ਜਿਹੜੀ ਚੋਲਾਂ ਦੀ ਨਹੀਂ ਹੁੰਦੀ, ਕੀ ਕਹਿੰਦੇ ਹੁੰਦੇ ਨਹੀਂ, ਉਹ ਗੋਲ ਗੋਲ ਵਿੱਚ ਪਾ ਕੇ ਬਣਾਈ ਦੀ ਜਿਹੜੀਆਂ ਨਿਊਟਰੀ ਜੀ ਕੀ ਬੜੀਆਂ ਜੀ ਅੰਤਰੀਆਂ ਤੇ ਨਿਊਟਰੀ ਨਾਟਰੀ ਆਂਦੇ ਆ। ਇਦਾਂ ਚੋਲ ਮੈਂ ਪਾ ਦਾਂਗੀ, ਨਿਊਟਰੀ ਤੂੰ ਪਾ ਦੀ ਤੇ ਜਿਹੜੀ ਗੰਡੇ ਪਿਆਜ਼ ਪੈਣੇ ਨੇ ਉਹ ਤੂੰ ਪਾ ਲਈ, ਤੇ ਤਿੰਨੇ ਜਾਣੇ ਦੋ ਦੋ ਬਣਾ ਨਾ ਹੋ ਤੇ ਤੇਰੇ ਘਰ ਹੀ ਲਵਾਂਗੀਆਂ। ਪਰ ਇਹ ਗੱਲ ਹੀ ਮੇਰਾ ਜੀ ਨੀ ਹੋ ਤੁਹਾਡੇ ਤੋਂ ਬਿਨਾਂ ਲੱਗਦਾ, ਮੈਨੂੰ ਨਾ ਤੁਹਾਡੇ ਨਾਲ ਬੜਾ ਪਿਆਰ ਆ। ਕਦੇ ਇੱਕ ਦੂਜੇ ਨੂੰ ਕਦੇ ਮਾੜੀ ਚੰਗੀ, ਹੁਣ ਮੈਂ ਵਾ ਨਾ ਤੇ ਇਹਦੇ ਨਾਲ ਸ਼ਰਨ ਇਹਦੇ ਨਾਲ ਵੀ ਗੱਲ ਕਰਦੇ ਹਾਂ ਜੋਤੀ ਨਾਲ, ਤੇ ਅਸੀਂ ਤੇਰੇ ਨਾਲ ਧਿਆਨ ਰਹਿੰਦਾ, ਤੇਰੇ ਜੋ ਤੇਰੀਆਂ ਗੱਲਾਂ ਕਰਦੇ, ਜੇ ਮੈਂ ਤੇਰੇ ਲਾਗੇ ਬਹਿਨੀ ਆ ਤਾਂ ਵੀ ਅਸੀਂ ਇਹਦੀਆਂ ਗੱਲਾਂ ਕਰਦੇ ਆ। ਨਿਸ਼ਰਨ ਇਹਨੂੰ ਕੀ ਕਹਿਣ ਡੀ ਆ, ਇਹ ਤੇ ਹੈ ਹੀ ਲੱਥ ਵਾ ਕਿ ਸੂਟ ਖਰਾਬ ਕਰਦੇ ਤੇ ਹੋਰ ਖਰਾਬ ਕਰਦੇ ਆ ਸੂਟ। ਨੀ ਉਹਦੇ ਇੱਕ ਗੱਲ ਹੀ ਸਾਡੇ ਸੂਟ ਵੇ ਕਿੰਨੇ ਸੋਹਣੇ ਲੱਗਣ ਡੇ ਆ, ਲਾਲ ਮੈਂ ਤਾਂ ਅੱਗੇ ਤਦੇ ਤੇ ਮੈਂ ਲਾਲ ਪਾਇਆ ਸੀ। ਚੱਲ ਕੋਈ ਗੱਲ ਨੀ ਹਨਾ, ਕੋਈ ਨੀ ਗਲਤੀ ਹੋ ਜਾਂਦੀ ਬੰਦੇ ਕੋਲ, ਚੱਲ ਆ ਨੀ ਪੈਣਾ ਮਿਲ ਲਓ ਗੱਲ ਆ ਇੱਕ ਵਾਰੀ। ਚੱਲ ਕੋਈ ਨੀ, ਚੱਲ ਮੇਰੀਆਂ ਛੂਹਾਂ ਲੈਂਦਾ ਕਿੱਥੇ ਚੱਲਦੀ। ਚੰਗਾ ਟਾਟਾ।